पंजाब के फरीदकोट जिले च खास तौर पर फरीदकोट च लड़कियां दे इकट्ठ च दो पार्टियां दे वड्डे आगू पहुंचे, जिस च पंजाब विधानसभा दे स्पीकर कुलतार सिंह संधवा ते कांग्रेसी संसद मैंबर मुहम्मद सदीक शामिल होए। पहले समय विच लोहड़ी पुत्र दे विआह जां पुत्र दे जन्म तो बाद ही मनाई जांदी सी, पर अज पंजाब बदलदा जा रहा है अते लड़की दे जन्म दी खुशी विच वी लोहड़ी मनाई जा रही है, क्योंकि अज दे समय विच धीआं वी पुत्रां नालों घट नहीं। यह ताज़ा मिसाल पंजाब दे जिला फरीदकोट दे देजखाने च देखण नूं मिली है, जिथे फरीदकोट दे नर्सिंग कॉलेज च गुड मॉर्निंग क्लब दे सहयोग नाल लड़कियां नूं समर्पित लोहड़ी दा समागम करवाया गया, जिस नूं लड़कियां दी लोहड़ी दा नां दित्ता गया, जिस विच गिद्दे विच सज्जे कुड़ियां ने गा के अते नच के जशन मनाया। इस मौके लड़कियां दी लोहड़ी दे समागम विच विशेष तौर ते दो पार्टियां दे वड्डे आगू पहुंचे, जिन्हां विच पंजाब विधानसभा दे स्पीकर कुलतार सिंह संधवा अते कांग्रेसी संसद मैंबर मुहम्मद सदीक ने पहुँच के इन्हां धीआं नूं आशीर्वाद दित्ता अते लोहड़ी दीआं खुशियां मनाईआं। और धियाँ की लोहड़ी कोटकपुरे मनाई जा रही, कोटकपुरे सारे चंगे कामों की शुरुआत कोटकपुरे तो होंगी, सो सारे कोटकपुरे वाले साडे साडे साथियों गुड मॉर्निंग क्लब के जिहड़े अहुदेदार आ उन्हां नूं सारिआं नूं ढिल्लों साहब नूं बराड़ साहब होरां नूं इन्हां सारिआं नूं बहुत बहुत वधाई, और परमात्मा करे भी साडा भाईचारा इसे तरह स्ट्रोंग रहे और असीं इकट्ठे हो के ਜਿਹੜੀਆਂ ਬੁਰਾਈਆਂ ਨੇ ਸਾਡੇ 'ਤੇ ਆ ਕੇ ਕਿਤੇ ਨਾ ਕਿਤੇ ਅਸਰ ਕਰਨਾ ਸ਼ੁਰੂ ਕੀਤਾ, ਅਸੀਂ ਉਹਨਾਂ ਨੂੰ ਓਵਰਪਾਰ ਕਰੀਏ, ਓਵਰਕਮ ਕਰੀਏ। ਕਿਸ ਤਰੀਕੇ ਦਾ ਲੱਗ ਰਿਹਾ ਵੱਖਰੇ ਤਰੀਕੇ ਦੀ ਲੋਹੜੀ ਕੁਛ ਵੇਖਣ ਨੂੰ ਮਿਲ ਰਹੀ ਹੈ? ਹਾਂ ਬਿਲਕੁਲ, ਵੱਖਰੇ ਤਰੀਕੇ ਨਾਲ ਪੂਰਾ ਪਿਆਰ ਹੈ, ਪੂਰਾ ਪਿਆਰ ਹੈ ਇੱਕ ਦੂਜੇ ਨਾਲ, ਪੂਰਾ ਸਤਿਕਾਰ ਹੈ ਇੱਕ ਦੂਜੇ ਦਾ, ਔਰ ਸਾਰੇ ਜਣੇ ਇੰਜੋਏ ਕਰ ਰਹੇ ਆ। ਬੱਚਿਆਂ ਦੀ ਬੜਾ ਟੈਲੈਂਟ ਆ, ਉਹ ਦਿਖਾਇਆ ਜਾ ਰਿਹਾ ਬੱਚਿਆਂ ਨੂੰ। ਤਾਂ ਖੁਸ਼ੀ ਇਸ ਗੱਲ ਦੀ ਹੈ, ਠੀਕ ਹੈ ਮੇਰਾ ਹਲਕਾ ਹੈ, ਪਰ ਇਸ ਲੋਹੜੀ ਦੇ ਵਿੱਚ ਸਾਡੇ ਸਪੀਕਰ ਸਾਹਿਬ ਸਰਦਾਰ ਕੁਲਤਾਰ ਸਿੰਘ ਜੀ ਸੰਧਵਾ ਉਹ ਆਪਣੀ ਬਹੁਤ ਹੀ ਖੂਬਸੂਰਤ ਹਾਜ਼ਰੀ ਦੇ ਰਹੇ ਨੇ। ਠੀਕ ਹੈ ਪਿੰਡ ਨੇੜੇ ਹੈ, ਪਰ ਫਿਰ ਵੀ ਮੈਂ ਸਮਝਦਾ ਇਹੋ ਜਿਹੇ ਜਿਹੜੇ ਧੀਆਂ ਦੀ ਲੋਹੜੀ ਜਿਹੜੇ ਧੀਆਂ ਵਾਸਤੇ ਜਿਹੜੇ ਕੰਮ ਹੋ ਰਹੇ ਨੇ ਜਾਂ ਉਹਨਾਂ ਵਾਸਤੇ ਕੋਈ ਅੱਛਾ ਕੰਮ ਜੋ ਹੋ ਰਿਹਾ, ਉੱਥੇ ਐਸੀ ਸ਼ਖਸੀਅਤ ਦਾ ਆਉਣਾ ਇਹ ਬਹੁਤ ਬੜੀ ਗੱਲ ਹੈ, ਔਰ ਪ੍ਰੇਰਨਾ ਮਿਲਦੀ ਹੈ ਇਹਨਾਂ ਗੱਲਾਂ ਦੇ ਨਾਲ ਵੀ ਸਾਡੇ ਉਹ ਸ਼ਖਸੀਅਤਾਂ ਸਾਡੀਆਂ ਜਿਹੜੀਆਂ ਆਪਣੇ ਆਪ 'ਚ ਕੁਝ ਕਰਕੇ ਆਪਣਾ ਨਾਮ ਬਣਾ ਰਹੀਆਂ ਨੇ, ਹਾਂਜੀ ਉਹ ਇਹੋ ਜਿਹੇ ਸਮਾਗਮ ਦੇ ਵਿੱਚ ਆ ਕੇ ਬੱਚਿਆਂ ਨੂੰ ਹਲਾ ਛੜੀ ਦੇ ਰਹੇ ਨੇ, ਔਰ ਲੋਹੜੀ ਦਾ ਸਮਾਗਮ ਦੇ ਵਿੱਚ ਸਾਰੇ ਲੋਕਾਂ ਨੂੰ ਵਧਾਈ ਦੇ ਰਹੇ ਨੇ, ਤਾਂ ਮੈਂ ਸਮਝਦਾ ਬਹੁਤ ਅੱਛੀ ਗੱਲ ਹੈ। ਔਰ ਕਿਉਂਕਿ ਕਿਉਂ ਨਾ ਹੋਵੇ, ਇਹ ਗੁਰੂਆਂ ਦੀ ਧਰਤੀ ਹੈ, ਪੀਰਾਂ ਦੀ ਧਰਤੀ ਹੈ, ਮੈਂ ਸਮਝਦਾ ਬਈ ਇਸ ਧਰਤੀ ਦੇ ਉੱਤੇ ਬਖਰੇਵਾਂ ਬਿਲਕੁਲ ਨਹੀਂ ਹੈ, ਇੱਥੇ ਇਹੀ ਇੱਕੋ ਹੀ ਗੱਲ ਹੈ, ਸਭੇ ਸਾਂਝੀ ਵਾਲ ਸਦਾਏ ਨੇ ਕੋਈ ਨਾ ਦਿਸੇ ਬਿਨਾਂ। ਤੁਹਾਡੇ ਕੁਛ ਸੁਣਾਏ ਬਿਨਾਂ ਅਧੂਰਾ ਰਹਿਣਾ, ਕੁਛ ਸੁਣਾ ਦਿਓ ਲੈਣਾ ਲੋਹੜੀ ਨੂੰ ਲੜਕੀਆਂ ਲਈ, ਸ਼ਾਇਦ ਤੁਸੀਂ ਜਾਣਦੇ ਨਹੀਂ ਹੈਗੇ, ਤੁਹਾਨੂੰ ਮੇਰੇ ਬੋਲਣ ਤੋਂ ਤੁਹਾਨੂੰ ਪਤਾ ਨਹੀਂ ਲੱਗੇ ਮੇਰਾ ਗਲਾ ਬੈਠਿਆ ਹੋਇਆ। ਕਿਸ ਤਰ੍ਹਾਂ ਲੱਗ ਰਿਹਾ ਅੱਜ ਧੀਆਂ ਦੀ ਲੋਹੜੀ ਮਨਾਈ ਹੈ? ਦਰਅਸਲ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋ ਰਹੀ ਹੈ, ਬਿਕਾਜ਼ ਮੈਂ ਜਦੋਂ ਦੀ ਪੈਦਾ ਹੋਈ ਹਾਂ ਮੈਂ ਸਿਰਫ ਇਹੀ ਚੀਜ਼ ਦੇਖਿਆ ਕਿ ਥਾਂ ਥਾਂ 'ਤੇ ਮੁੰਡੇ ਦੀ ਲੋਹੜੀ ਮਨਾਈ ਜਾਂਦੀ ਹੈ, ਕੁੜੀਆਂ ਦੀ ਲੋਹੜੀ ਨਹੀਂ ਮਨਾਈ ਜਾਂਦੀ, ਤਾਂ ਮੈਂ ਤਹਿ ਦਿਲੋਂ ਇਸ ਕਾਲਜ ਦਾ ਧੰਨਵਾਦ ਕਰਦੀ ਹਾਂ ਕਿ ਤੁਹਾਨੂੰ ਇਹ ਚੀਜ਼ ਵੀ ਦੇਖਣ ਨੂੰ ਮਿਲੀ ਹੈ ਕਿ ਕੁੜੀਆਂ ਦੀ ਲੋਹੜੀ ਵੀ ਮਨਾਈ ਜਾਂਦੀ ਹੈ, ਤਾਂ ਮੈਂ ਡਾਇਰੈਕਟਰ ਸਰ ਦਾ, ਪ੍ਰਿੰਸੀਪਲ ਮੈਮ ਦਾ ਤਹਿ ਦਿਲੋਂ ਸ਼ੁਕਰਾਨਾ ਕਰਦੀ ਹਾਂ ਕਿ ਉਹਨਾਂ ਨੇ ਇਹ ਉਪਰਾਲਾ ਕੀਤਾ ਅਤੇ ਇਹੋ ਜਿਹੇ ਥਰੂ ਮਤਲਬ ਕਿ ਤੁਹਾਡੇ ਨਿਊਜ਼ ਚੈਨਲ ਦੇ ਥਰੂ ਇਹ ਮਤਲਬ ਕਿ ਲੋਕਾਂ ਨੂੰ ਮੈਸੇਜ ਜਾਏਗਾ ਕਿ ਧੀਆਂ ਦੀ ਲੋਹੜੀ ਵੀ ਮਨਾਉਣੀ ਚਾਹੀਦੀ ਹੈ। ਦੇਖਿਆ ਗਿਆ ਵੀ ਹੁਣ ਲੋਕ ਲੜਕੀਆਂ ਦੀ ਲੋਹੜੀ ਵੀ ਮਨਾਉਂਦੇ, ਦੀਵਾਲੀ ਵੀ ਮਨਾਉਂਦੇ, ਤੁਹਾਡੀ ਆਪਣੀ ਉਮਰ ਦੇ ਵਿੱਚ ਤੁਸੀਂ ਇਸ ਤਰ੍ਹਾਂ ਕਿੰਨੀ ਵਾਰ ਵੇਖਿਆ? ਦਰਅਸਲ ਮੈਂ ਸਹੀ ਦੱਸਾਂ ਤਾਂ ਮੈਂ ਹਾਲੇ ਤੱਕ ਤਾਂ ਨਹੀਂ ਦੇਖਿਆ, ਮੈਂ ਪਹਿਲੀ ਵਾਰੀ ਦੇਖਿਆ ਗਾ, ਕਿਉਂਕਿ ਸਾਡੇ ਮਤਲਬ ਕਿ ਮੈਂ ਜਿਸ ਜਗ੍ਹਾ ਤੋਂ ਆਉਂਦੀ ਹਾਂ ਹੈ ਨਾ ਜੀ, ਉੱਥੇ ਕੁੜੀਆਂ ਨੂੰ ਇੰਨਾ ਨਹੀਂ ਉਹ ਕੀਤਾ ਜਾਂਦਾ ਗਾ, ਵੀ ਪਹਿਲੀ ਗੱਲ ਤਾਂ ਕੁੜੀਆਂ ਨੂੰ ਘਰੋਂ ਬਾਹਰ ਹੀ ਨਹੀਂ ਕੱਢਦੇ ਵੀ ਵੀ 12 ਪੜ੍ਹ ਲਈ ਬਸ ਠੀਕ ਆ ਵਿਆਹ ਕਰਾ ਦਿਉ, ਬਹੁਤ ਹੋ ਗਿਆ 12 ਬਹੁਤ ਪੜ੍ਹ ਲਈਆਂ ਇਹਨਾਂ ਨੇ, ਤੁਹਾਨੂੰ ਪਹਿਲੀ ਗੱਲ ਤਾਂ ਪੇਰੈਂਟਸ ਨੂੰ ਇਹ ਚਾਹੀਦਾ ਕਿ ਇਸ ਟਾਈਮ 'ਤੇ ਕੁੜੀਆਂ ਜਿਸ ਜਗ੍ਹਾ 'ਤੇ ਕੁੜੀਆਂ ਉਸ ਜਗ੍ਹਾ 'ਤੇ ਮੁੰਡੇ ਨਹੀਂ ਪਹੁੰਚਦੇ, ਅਤੇ ਉਹਨਾਂ ਨੂੰ ਚਾਹੀਦਾ ਕਿ ਉਹ ਬਾਹਰ ਕੱਢਣ ਆਉਂਦੇ ਕੁੜੀਆਂ ਨੂੰ, ਤਾਂ ਜੋ ਉਹ ਵੀ ਆਪਦੀ ਇੱਕ ਅਲੱਗ ਪਹਿਚਾਣ ਬਣਾ ਸਕਣ। ਵੈਸ਼ਿਕਾ ਸ਼ਰਮਾ, ਅੱਜ ਤੁਸੀਂ ਲੋਹੜੀ ਮਨਾ ਰਹੇ ਹੋ, ਕਿਸ ਤਰ੍ਹਾਂ ਦੀ ਲੋਹੜੀ ਮਨਾ ਰਹੇ ਹੋ? ਹਾਂਜੀ ਇਹ ਸਰ ਅਸੀਂ ਧੀਆਂ ਦੀ ਲੋਹੜੀ ਮਨਾ ਰਹੇ ਹਾਂ, ਜਿਹਨੂੰ ਕਿ ਦੇਖ ਕੇ ਬਹੁਤ ਹੀ ਜ਼ਿਆਦਾ ਦਿਲੋਂ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ, ਐਜ਼ ਆ ਗਰਲ ਤਾਂ ਬਹੁਤ ਜ਼ਿਆਦਾ ਹੋ ਰਹੀ ਹੈ, ਕਿਉਂਕਿ ਆਪਾਂ ਦੇਖਦੇ ਆ ਰਹੇ ਹਾਂ ਕਿ ਆਪਣੇ ਪਿਛਲੇ ਜ਼ਮਾਨਿਆਂ ਦੇ ਵਿੱਚ ਕੁੜੀਆਂ ਨੂੰ ਬਿਲਕੁਲ ਵੀ ਨਹੀਂ ਸਮਝਿਆ ਜਾਂਦਾ ਸੀਗਾ, ਇੱਕ ਔਰਤ ਜਾਤ ਨੂੰ ਜੁੱਤੀ ਦੇ ਸਮਾਨ ਸਮਝਦੇ ਸੀਗੇ, ਵੀ ਜਿਵੇਂ ਇਕੱਲੇ ਮੇਲਸ ਨੂੰ ਹੀ ਜ਼ਿਆਦਾ ਪ੍ਰੈਫਰੈਂਸ ਦਿੱਤੀ ਜਾਂਦੀ ਸੀ, ਪੜ੍ਹਾਈ ਵੀ ਉਹਨਾਂ ਦੀ, ਜੇ ਬਾਹਰ ਕੰਮ ਕਰਨਾ ਤਾਂ ਫਿਰ ਵੀ ਉਹਨਾਂ ਨੂੰ ਧੀਆਂ ਨੂੰ ਕੁੱਖ 'ਚ ਹੀ ਮਾਰ ਦਿੰਦੇ ਸੀਗੇ, ਹੈ ਨਾ, ਸਾਰਾ ਕੁਛ ਉਹਨਾਂ ਨੂੰ ਮਤਲਬ ਕਿ ਆਪਾਂ ਦੇਖਿਆ ਹੋਇਆ,
ਜਦੋਂ ਬੇਟੀ ਹੁੰਦੀ ਸੀਗੀ ਉਹਨੂੰ ਮਤਲਬ ਪਾਣੀ ਲੈ ਕੇ ਬੱਠਲ ਦੇ ਵਿੱਚ ਪਾਣੀ ਮਾਰ ਕੇ ਉੱਥੇ ਡੁਬਾ ਕੇ ਮਾਰ ਦਿੱਤਾ ਜਾਂਦਾ ਸੀਗਾ। ਉਹਦਾ ਜਮਾਂ ਵੀ ਮਤਲਬ ਕਿ ਕੋਈ ਪ੍ਰੈਫਰੈਂਸ ਹੀ ਹੈ ਨਹੀਂ ਸੀਗੀ। ਪਰ ਹੁਣ ਜਿਵੇਂ ਜਿਵੇਂ ਪੀੜ੍ਹੀ ਨਵੀਂ ਪੀੜ੍ਹੀ ਆ ਰਹੀ ਆ, ਨੌਜਵਾਨ ਪੀੜ੍ਹੀ ਆ ਰਹੀ ਆ, ਐਜੂਕੇਟ ਹੋ ਰਹੀ ਆ, ਸਭ ਨੂੰ ਪਤਾ ਲੱਗ ਰਿਹਾ ਵੀ ਕੁੜੀਆਂ ਵੀ ਮੁੰਡਿਆਂ ਤੋਂ ਘੱਟ ਨਹੀਂ ਹੈਗੀਆਂ ਅੱਜ ਦੇ ਜ਼ਮਾਨੇ ਦੇ ਵਿੱਚ। ਅੱਜ ਕੱਲ੍ਹ ਨਾ ਅ ਡੇਜ਼ ਕੁੜੀਆਂ ਬਹੁਤ ਹੀ ਜ਼ਿਆਦਾ ਤਰੱਕੀ ਕਰ ਰਹੀਆਂ ਨੇ, ਪ੍ਰਮੋਸ਼ਨ ਉਹਨਾਂ ਦੀ ਇੰਨੀ ਕੁ ਜ਼ਿਆਦਾ ਹੋ ਗਈ ਆ, ਉਹ ਪੜ੍ਹ ਰਹੀਆਂ, ਮੁੰਡਿਆਂ ਨੂੰ ਪਿੱਛੇ ਛੱਡ ਰਹੀਆਂ ਹੈਗੇ, ਜਿੱਥੇ ਕਿ ਕਿਸੇ ਮੌਕੇ ਦੇ ਉੱਤੇ ਮੁੰਡੇ ਵੀ ਆਪਣੇ ਪੇਰੈਂਟਸ ਦਾ, ਆਪਣੇ ਮਾਤਾ ਪਿਤਾ ਦਾ ਸਾਥ ਨਹੀਂ ਦਿੰਦੇ ਜਿੱਥੇ ਕਿ ਕੁੜੀਆਂ ਖੜਦੀਆਂ। ਸੋ ਅਸੀਂ ਚਾਹੁੰਦੇ ਹਾਂ ਕਿ ਇਹ ਗੱਲ ਉਹਨਾਂ ਨੂੰ ਹੋਰ ਸਮਝਾਈ ਜਾਵੇ, ਜਿਵੇਂ ਦਾਦਾ ਪੜਦਾਦੇ ਹੁੰਦੇ ਆ ਘਰ, ਹੈ ਨਾ, ਉਹਨਾਂ ਨੂੰ ਨਹੀਂ ਪਤਾ ਹੁੰਦਾ, ਉਹ ਆਪਣੀ ਪਿਛੋਕੜ ਹੀ ਨਾਲ ਲੈ ਕੇ ਚੱਲਦੇ ਆ। ਪਿਛੋਕੜ ਨੂੰ ਵੀ ਨਾਲ ਰੱਖਣਾ ਬਹੁਤ ਜ਼ਰੂਰੀ ਆ, ਪਰ ਆਪਣੀ ਸੱਭਿਅਤਾ ਨੂੰ ਵੀ ਨਾਲ ਰੱਖਣਾ ਜ਼ਰੂਰੀ ਹੈ, ਪਰ ਕੁੜੀਆਂ ਕਿਸੇ ਤੋਂ ਘੱਟ ਨਹੀਂ, ਇਹ ਸਭ ਨੂੰ ਦੱਸਣਾ ਬਹੁਤ ਬਹੁਤ ਜ਼ਿਆਦਾ ਜ਼ਰੂਰੀ। ਧੰਨਵਾਦ।